ਕਦੇ ਸਾਜਾ ਤੋਂ ਭਾਵ ਹੁੰਦਾ ਸਵਾਂਗ ਬਣਾ ਲੈਂਦਾ ਭਿਖਾਰੀਆਂ ਵਾਲਾ ਨੀਚਾਂ ਵਾਲਾ ਇਹ ਬੰਦਾ ਕਬਹੋ। ਇਹ ਹਮੇਸ਼ਾ ਯਾਦ ਰੱਖਣਾ, ਛੇਵੀਂ ਪੌੜੀ ਦੇ ਵਿੱਚ ਹੈ ਇਹ। ਜਦੋਂ ਵੀ ਆਵੇਗਾ ਨਾ ਕਬਹੂ ਹੋਏ ਬਹਿ ਬੜ ਰਾਜਾ, ਤਾਂ ਅੱਗੇ ਧਿਆਨ ਨਾਲ ਹੁਣ ਹੌਲੀ ਕਰ ਲਓ ਆਪਣੇ ਪਾਠ ਨੂੰ। ਕਬਹੋ ਭਿਖਾਰੀ ਨੀਚ ਕਾ ਸਾਜਾ, ਕਹਿੰਦੇ ਨੇ ਦੇਖੋ ਵੀ ਕਈ ਪ੍ਰਕਾਰ ਦੇ ਸਵਾਂਗ ਕਰਦਾ ਹੈ, ਭਿਖਾਰੀਆਂ ਵਾਲੇ ਨੀਚਾਂ ਵਾਲੇ। ਕਬਹੂ ਆਪ ਕੀਰਤ ਮਹਿ ਆਵੈ, ਕਦੇ ਇਸ ਬੰਦੇ ਦੀ ਬਹੁਤ ਬਦਨਾਮੀ ਹੁੰਦੀ ਹੈ, ਬਹੁਤ ਹੀ ਜ਼ਿਆਦਾ ਬਦਨਾਮੀ ਹੋ ਗਈ। ਵਿਚਾਰਾ ਚਾਰੇ ਪਾਸੇ ਬਦਨਾਮ ਹੋ ਗਿਆ, ਹੁਣ ਕੋਈ ਪਾਸਾ ਚੱਲਦਾ ਨਹੀਂ। ਜਿਹੜਾ ਹੰਕਾਰ ਸੀ ਉਹ ਟੁੱਟ ਗਿਆ, ਆ ਗਿਆ ਮਹਾਰਾਜ ਦੇ ਦਰ ਤੇ ਘੁੰਮ ਘੁੰਮਾ ਕੇ। ਹੁਣ ਵਿਚਾਰਾ ਸੇਵਾ ਕਰਦਾ, ਬਾਣੀ ਪੜ੍ਹਦਾ, ਹੌਲੀ ਹੌਲੀ ਸਮਾਂ ਪਾ ਕੇ ਲੋਕ ਵੀ ਕਹਿਣ ਲੱਗ ਪਏ ਬਈ ਨਹੀਂ ਹੁਣ ਤਾਂ ਵਿਚਾਰਾ ਬਾਣੀ ਪੜ੍ਹਦਾ ਸੇਵਾ ਕਰਦਾ। ਕਬਹੂ ਭਲਾ ਭਲਾ ਕਹਾਵੈ, ਹੁਣ ਸਾਰੇ ਕਹਿੰਦੇ ਬੜਾ ਭਲਾ ਆਦਮੀ ਹੈ, ਬੜਾ ਭਲਾ ਆਦਮੀ ਹੈ, ਚੰਗੇ ਪਾਸੇ ਵੀ ਆ ਜਾਂਦਾ ਹੈ। ਪਰ ਮਹਾਰਾਜ ਕਹਿੰਦੇ ਨੇ ਜਿਉਂ ਪ੍ਰਭ ਰੱਖੈ ਤਿਵ ਹੀ ਰਹੈ, ਜਿਵੇਂ ਵਾਹਿਗੁਰੂ ਰੱਖਦਾ ਉਵੇਂ ਰਹਿੰਦਾ। ਬਹੁਤੀ ਹਵਾ ਜੀ ਭਰ ਜੇ ਫਿਰ ਕੱਢ ਵੀ ਦਿੰਦੇ ਨੇ, ਬਹੁਤਾ ਫੁੱਲ ਜਾਂਦਾ ਕਦੇ ਕਦੇ। ਤੇ ਮਹਾਰਾਜ ਕਹਿੰਦੇ ਨੇ ਹਵਾ ਤਾਂ ਠੀਕ ਹੀ ਰੱਖਣੀ ਪੈਂਦੀ, ਜੇ ਹਵਾ ਟਾਇਰਾਂ 'ਚ ਜ਼ਿਆਦਾ ਹੋ ਜੇ ਫਿਰ ਉਹ ਕੱਢਣ ਵਾਲਾ ਕੱਢਦਾ। ਕਹਿੰਦੇ ਜ਼ਿਆਦਾ ਹੋਈ ਪਈ ਹੈ, ਇਹ ਤਾਂ 40-50 ਪਾਉਂਡ ਹੋਈ ਪਈ ਆ, ਫਟ ਜਾਏਗਾ ਤੇਰਾ ਟਾਇਰ। ਹਵਾ ਬਰਾਬਰ ਲਿਆ ਪਈ, ਸਾਰੇ ਟਾਇਰਾਂ ਦੀ ਹਵਾ ਬਰਾਬਰ। ਮਹਾਰਾਜ ਵੀ ਇਸੇ ਤਰ੍ਹਾਂ ਹੀ ਕਰਦੇ, ਜੇ ਬੰਦੇ ਦੀ ਹਵਾ ਜੀ ਵੱਧ ਜੇ ਨਾ ਥੋੜ੍ਹੀ ਜਿਹੀ, ਜਦੇ ਹੀ ਫਿਰ ਪੈਂਚਰ ਕਰ ਦਿੰਦੇ ਉਹਦੇ 'ਚ, ਉਹ ਵਿਚਾਰਾ ਬਿਲਕੁਲ ਹੀ ਥੱਲੇ ਬੈਠ ਜਾਂਦਾ, ਫਿਰ ਆਉਂਦਾ ਇੱਥੇ ਨੂੰ। ਜੇ ਹਵਾ ਬਹੁਤੀ ਉੱਚੀ ਉੜ ਜੇ ਫਿਰ ਇੱਧਰ ਨੂੰ ਦੇਖਦਾ ਹੀ ਨਹੀਂ। ਮਹਾਰਾਜ ਕਹਿੰਦੇ ਪਰ ਮੈਨੂੰ ਜਿਵੇਂ ਪਾਉਂਦਾ ਮੈਂ ਨਚਾਉਂਦਾ ਉਵੇਂ ਹੀ ਇਹਨੂੰ ਉੱਧਰ ਹੀ ਤੋਰੀ ਫਿਰਦਾ। ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਨਾਨਕ ਸੱਚ ਕਹੈ, ਸੱਚ ਦੇ ਚੱਚੇ ਨੇ ਹੁੰਕਣ ਦਾ ਮਤਲਬ ਹੈ ਕਿ ਗੁਰੂ ਦੀ ਕਿਰਪਾ ਨਾਲ ਆਪਾਂ ਕਹਿੰਦੇ ਹਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ। ਸੋ ਇਸ ਪ੍ਰਕਾਰ ਮਹਾਰਾਜ ਗੁਰਪ੍ਰਸਾਦ ਨਾਨਕ ਸੱਚ ਕਹੈ। ਆਮ ਜੇ ਬੰਦੇ ਕਿਸੇ ਨੂੰ ਪੁੱਛੋ ਇਹਦਾ ਅਰਥ ਕੀ ਹੈ, ਉਹ ਕਹਿੰਦਾ ਗੁਰੂ ਦੀ ਕਿਰਪਾ ਨਾਲ ਮੈਂ ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਸੱਚ ਕਹਿੰਦਾ ਹਾਂ। ਇਹ ਉਹ ਸੱਚ ਨਹੀਂ ਜਿਹੜਾ ਆਪਾਂ ਸੱਚ ਬੋਲਣ ਦੀ ਗੱਲ ਕਰਨ, ਸੱਚ ਚੋ ਸੱਚੇ ਔਂਕੜ ਹੈ, ਸੱਚੇ ਨਾਮ ਦੀ ਗੱਲ ਕੀਤੀ ਹੈ ਇੱਥੇ। ਸੱਚੇ ਨਾਮ ਦੀ ਵੀ ਗੁਰੂ ਦੀ ਕਿਰਪਾ ਨਾਲ ਸੱਚੇ ਨਾਮ ਨੂੰ ਕਹਿੰਦਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਜੀਵ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਸਾਰਾ ਕਰਮ ਕਰੀ ਜਾਂਦਾ ਹੈ, ਕਦੇ ਕੁਛ ਬਣ ਜਾਂਦਾ ਕਦੇ ਕੁਛ ਬਣ ਜਾਂਦਾ ਹੈ। ਤੇਰੇ ਖਿਡਾਉਣੇ ਹਾਂ, ਜਿੱਥੇ ਖਿਡਾ ਲੈਂਦੇ ਖੇਡ ਲੈਂਦੇ ਹਾਂ। ਜੇ ਵਾਹਿਗੁਰੂ ਦੇ ਭਾਣੇ ਵਿੱਚ ਆ ਜਾਈਏ, ਇਹ ਪੰਗਤੀਆਂ ਲਿਖਣ ਦਾ ਮਤਲਬ ਹੀ ਮਹਾਰਾਜ ਦਾ ਇਹ ਹੈ ਕਿ ਵਾਹਿਗੁਰੂ ਦੇ ਭਾਣੇ ਵਿੱਚ ਆ ਜਾਓ, ਵੀ ਜਿਉਂ ਪ੍ਰਭ ਰੱਖੈ ਤਿਵ ਹੀ ਰਹੈ, ਗੁਰਪ੍ਰਸਾਦ ਨਾਨਕ ਸੱਚ ਕਹੈ। ਇਹ ਤਾਂਹੀਓ ਸੰਥਿਆ ਵੇਲੇ ਥੋੜ੍ਹਾ ਜਿਹਾ ਧਿਆਨ ਦਵਾਈ ਦਾ, ਵੀ ਇਹ ਨਹੀਂ ਕਹਿਣਾ ਵੀ ਹੁਣ ਇਹ ਔਂਕੜ ਛੱਡ ਦੇ, ਬੋਲਣ ਦੀ ਲੋੜ ਨਹੀਂ, ਫਿਰ ਇਹ ਕਹਾਣੀ ਖਰਾਬ ਹੋ ਜਾਣੀ। ਇਹ ਸਮਾਂ ਪਾ ਕੇ ਨੁਕਸਾਨ ਨੂੰ ਦੇਖਣਗੇ ਇਹ ਲੋਕ, ਜਿਹੜੇ ਕਹਿੰਦੇ ਨੇ ਵੀ ਆਹ ਛੱਡ ਹੀ ਜਾਓ ਇਹਦੀ ਤਾਂ ਕੋਈ ਲੋੜ ਨਹੀਂ, ਇਹ ਤਾਂ ਵਿਆਕਰਣ ਵਾਸਤੇ ਆ। ਬਿੰਦੀਆਂ ਵਾਲੇ ਹੁਣ ਰੋਂਦੇ ਨੇ, ਉਹ ਕਿਉਂ ਰੋਂਦੇ ਨੇ? ਕਹਿੰਦੇ ਵੀ ਬਿੰਦੀਆਂ ਲਵਾਈਆਂ ਅਸੀਂ ਸਾਰਿਆਂ ਨੂੰ, ਹੁਣ ਓਵਰ ਬਿੰਦੀਆਂ ਸ਼ੁਰੂ ਹੋ ਗਈਆਂ। ਬੰਦਾ ਕਹਿੰਦਾ ਵੀ ਪਤਾ ਨਹੀਂ ਇੱਥੇ ਲੱਗਣੀ ਕਿ ਨਹੀਂ, ਚਲ ਸਭ ਥਾਈਂ ਲਾ ਦਿਓ, ਨੱਕ ਦੇ ਵਿੱਚ ਬਿੰਦੀ ਫਿੱਟ ਕਰ ਲਈ, ਹੁਣ ਬਸ ਹਰੇਕ ਜਗ੍ਹਾ 'ਤੇ
ਜਿੱਥੇ ਬੋਲਦੇ ਆ ਸੋਚੈ ਸੋਚ ਨਾ ਹੋਵੀ, ਜੇ ਸੋਚੀ ਲੱਖ ਮਾਰ ਚੁੱਪਾਂ ਚੁੱਪ ਨਾ ਹੋਵੀ, ਲਾਇਆ ਹਲਮ ਤਾਂ ਬਿੰਦੀ ਸ਼ੁਰੂ ਕਰ ਲਈ। ਇਸੇ ਪ੍ਰਕਾਰ ਇਹ ਗਾਂਹ ਜਾ ਕੇ ਫਿਰ ਮੁਸ਼ਕਿਲ ਆ ਜਾਂਦੀ ਹੈ। ਜੇ ਮੈਨੂੰ ਇੰਨੇ ਗਿਆਨ ਨਹੀਂ ਕਿ ਆਦ ਸੱਚ ਦੇ ਚੱਚੇ ਨੂੰ ਔਂਕੜ ਹੈ ਕਿ ਨਹੀਂ, ਮੈਂ ਅਰਥ ਕੀ ਕਰਨੇ ਫਿਰ। ਇਸ ਕਰਕੇ ਪਕਾਉਣ ਵੇਲੇ ਸੰਥਿਆ ਤਾਂ ਇਹ ਜ਼ਰੂਰੀ ਹੋਣਾ ਚਾਹੀਦਾ ਕਿ ਔਂਕੜ ਦਲੈਂਕੜ ਭਾਵੇਂ ਸਾਈਲੈਂਟ ਹੋ ਜਾਂਦੇ ਨੇ, ਪਰ ਉਹਨਾਂ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਕਿ ਇੱਥੇ ਔਂਕੜ ਹੈ ਕਿ ਨਹੀਂ ਹੈ। ਅਰਥ ਤਾਂ ਸਾਰਾ ਇਹਨਾਂ ਨੇ ਹੀ ਬਣਾਉਣਾ ਹੁੰਦਾ, ਪਰ ਛੱਡ ਕੇ ਨਹੀਂ ਜਾਣਾ। ਗੁਰੂ ਦੀ ਕਿਰਪਾ ਨਾਲ ਮਹਾਰਾਜ ਕਹਿੰਦੇ ਸੱਚੇ ਨਾਮ ਨੂੰ ਆਪਾਂ ਕਹਿੰਦੇ ਹਾਂ ਸਾਰੇ ਜਾਣੇ ਪਿਆਰ ਨਾਲ ਗੱਜ ਵੱਜ ਕੇ, ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ। ਅਸੀਂ ਉਹਨੂੰ ਕਮਾਲ ਸੱਚੇ ਪਾਤਸ਼ਾਹ ਦੀ ਸਾਡੇ ਉੱਤੇ ਬਖਸ਼ਿਸ਼ ਹੋ ਜਾਏ। ਸਵਾਓ ਮਹਾਰਾਜ, ਗਿਆਰਵਾਂ ਸਲੋਕ ਜੋ ਬਖਸ਼ਿਸ਼ ਕੀਤਾ ਹੈ, ਸਲੋਕ ਕਰਨ ਕਾਰਣ ਪ੍ਰਭ ਏਕ ਹੈ ਦੂਸਰ ਨਾਹੀਂ ਕੋਹੇ, ਨਾਨਕ ਤਿਸ ਬਲਿਹਾਰਣ ਜਲ ਥਲ ਮਹੀਅਲ ਸੋਏ। ਸੱਤਵੀਂ ਪੌੜੀ ਹੈ। ਕਹਿੰਦੇ ਨੇ ਕਦੇ ਜੀਵ ਕਿਤੇ ਕਦੇ ਕਿਤੇ ਕਦੇ ਕਿਤੇ ਵਾਹਿਗੁਰੂ ਦੇ ਹੁਕਮ ਚ ਘੁੰਮਦਾ, ਕਬੂ ਹੋਏ ਪੰਡਿਤ ਕਰੇ ਬਖਿਆਨ। ਹੁਣ ਕਦੇ ਕਦੇ ਬੜਾ ਪੰਡਾ ਬੁੱਧੀ ਵਾਲਾ ਵਿਦਵਾਨ ਬਣ ਜਾਂਦਾ ਅਤੇ ਬੜੇ ਬੜੇ ਧਾਰਮਿਕ ਵਖਿਆਨ ਕਰਦਾ ਹੈ। ਜੀਵ ਦੀ ਬਿਰਤੀ ਹੈ, ਕਬੂ ਮੋਨ ਧਾਰੀ ਲਾਵੈ ਧਿਆਨ। ਕਦੇ ਮੋਨ ਹੀ ਧਾਰਨ ਕਰ ਲੈਂਦਾ, ਬੋਲਦਾ ਹੀ ਨਹੀਂ ਕਿਸੇ ਨਾਲ, ਮੋਨੀ ਹੋ ਕੇ ਫਿਰ ਧਿਆਨ ਜੋ ਹੈ ਪਰਮੇਸ਼ਰ ਦੇ ਵਿੱਚ ਲਾ ਦਿੰਦਾ, ਆਪਣਾ ਇਕਾਂਤ ਚਿੱਤ ਹੋ ਕੇ ਬੈਠ ਜਾਂਦਾ। ਕਬਹੂ ਤਟ ਤੀਰਥ ਇਸ਼ਨਾਨ। ਹੁਣ ਕਦੇ ਕਦੇ ਫਿਰ ਕੀ ਕਰਦਾ, ਐਸਾ ਹੋ ਜਾਂਦਾ ਇਹਦੇ ਮਨ ਨੂੰ ਬਈ ਕੁਛ ਨਹੀਂ ਦੁਨੀਆਂ 'ਚ ਰੱਖਿਆ, ਫਿਰ ਤੀਰਥਾਂ ਦੇ ਤੱਟ ਕਿਨਾਰਿਆਂ 'ਤੇ ਜਾ ਕੇ ਇਸ਼ਨਾਨ ਕਰਦਾ। ਇਹ ਬੰਦੇ ਦੀ ਬਿਰਤੀ ਹੈ। ਕਬਹੂ ਸਿੱਧ ਸਾਧਕ ਮੁੱਖ ਗਿਆਨ। ਕਦੇ ਸਿੱਧ ਬਣ ਜਾਂਦਾ ਸਾਧਕ, ਸਾਧਨਾ ਕਰਨ ਵਾਲਾ, ਫਿਰ ਮੁੱਖ ਦੇ ਵਿੱਚੋਂ ਗਿਆਨ ਦੀਆਂ ਗੱਲਾਂ ਸੁਣਾਉਂਦਾ ਬੜੀਆਂ। ਕਬਹੂ ਕੀਟ ਹਸਤ ਪਤੰਗ ਹੋਏ ਜੀਆ। ਕਦੇ ਬਣ ਜਾਂਦਾ ਛੋਟਾ ਜਿਹਾ ਜੀ ਜੰਤ, ਕੀੜਾ ਬਣ ਗਿਆ, ਕਦੇ ਹਾਥੀ ਬਣ ਜਾਂਦਾ, ਕਦੇ ਪਤੰਗਾ ਬਣ ਜਾਂਦਾ, ਬਾਰ ਬਾਰ ਜਨਮ ਲੈਂਦਾ ਰਹਿੰਦਾ। ਅਨਕ ਜੋਨ ਭਰਮੈ ਭਰਮੀਆ। ਭਟਕਦਾ ਹੋਇਆ ਅਨੇਕਾਂ ਜੂਨਾਂ ਦੇ ਵਿੱਚ ਗੇੜੇ ਖਾਂਦਾ ਰਹਿੰਦਾ ਬਾਰ ਬਾਰ, ਆਪਣੇ ਆਪ ਨੂੰ ਬਦਲਦਾ ਰਹਿੰਦਾ। ਨਾਨਾ ਰੂਪ ਜਿਉਂ ਸਵਾਂਗੀ ਦਿਖਾਵੈ। ਸਵਾਂਗ ਧਾਰਨ ਵਾਲਾ ਜਿਵੇਂ ਵੱਖੋ ਵੱਖਰੇ ਰੂਪ ਦਿਖਾਉਂਦਾ ਹੈ, ਮਨਜੂਰ ਸ਼ੁਦਾ ਹੁੰਦੇ ਨੇ। ਕਦੇ ਉਹ ਕਾਲੀ ਦੇਵੀ ਬਣਿਆ ਹੁੰਦਾ, ਕਦੇ ਹਨੂੰਮਾਨ ਬਣ ਜਾਂਦਾ ਬਾਜ਼ਾਰ 'ਚ,
ਤੁਰਿਆ ਫਿਰਦਾ ਹੁੰਦਾ, ਕਦੇ ਇੰਸਪੈਕਟਰ ਬਣ ਜਾਊਗਾ, ਕਦੇ ਹੋਰ ਹੀ ਡਾਕੂ ਜਿਹਾ ਬਣ ਕੇ ਤੁਰਿਆ ਫਿਰੂਗਾ, ਕਈ ਰੂਪ ਧਾਰਨ ਕਰ ਲੈਂਦਾ। ਮਹਾਰਾਜ ਕਹਿੰਦੇ ਇਹ ਬੰਦਾ ਵੀ ਇਹੋ ਜਿਹਾ ਹੀ ਹੈ, ਕਦੇ ਇਹ ਕੂਕਰ ਬਣ ਜਾਂਦਾ, ਕਦੇ ਸੂਕਰ ਬਣ ਜਾਂਦਾ, ਕਦੇ ਕੀੜਾ ਬਣ ਜਾ, ਕਦੇ ਪਤੰਗਾ ਬਣ ਗਿਆ। ਇਹ ਵੀ ਸਵਾਂਗੀ ਵਾਂਗੂ ਆਪੋ ਆਪਣੇ ਰੂਪ ਵਾਰ ਵਾਰ ਬਦਲਦਾ ਰਹਿੰਦਾ, ਪਰ ਇਹਦੇ ਵੱਸ ਵਿੱਚ ਨਹੀਂ ਹੈ। ਜਿਵੇਂ ਸਵਾਂਗੀ ਬੰਦੇ ਨੂੰ ਉਹਦਾ ਪੇਟ, ਉਹਦੀ ਰੋਟੀਆਂ, ਰੋਟੀਆਂ ਕਾਰਨ ਪੂਰਾ ਤਾਲ, ਰੋਟੀਆਂ ਵਾਸਤੇ ਰੂਪ ਬਦਲਦਾ ਹੈ ਵਾਰ ਵਾਰ, ਪਰ ਇੱਥੇ ਕਾਰਨ ਬਣਿਆ ਵਾਹਿਗੁਰੂ ਜਿਉਂ ਪ੍ਰਭ ਭਾਵੈ ਤਿਵੈ ਨਚਾਵੈ। ਹੁਣ ਜਿਵੇਂ ਵਾਹਿਗੁਰੂ ਨੂੰ ਭਾਉਂਦਾ ਹੈ ਉਸੇ ਪ੍ਰਕਾਰ ਵਾਹਿਗੁਰੂ ਜੀਵ ਨੂੰ ਨਚਾ ਦਿੰਦਾ, ਕਦੇ ਕਿਤੇ ਨਚਾਉਂਦਾ ਹੈ, ਕਦੇ ਕਿਤੇ ਨਚਾਉਂਦਾ ਹੈ। ਜੋ ਤਿਸ ਪਾਵੈ ਸੋਈ ਹੋਏ, ਜੋ ਤਿਸ ਵਾਹਿਗੁਰੂ ਨੂੰ ਭਾਉਂਦਾ ਉਹੀ ਹੁੰਦਾ, ਉਸੇ ਤਾਂ ਹੀ ਨੱਚਣ ਲੱਗ ਪੈਂਦਾ। ਨਾਨਕ ਦੂਜਾ ਅਵਰ ਨਾ ਕੋਏ, ਹੋਰ ਦੂਜਾ ਕੋਈ ਨਹੀਂ ਹੈ ਜਿਹੜਾ ਇਹਨੂੰ ਨਚਾ ਸਕੇ, ਭਜਾ ਸਕੇ। ਥਾਂ ਥਾਂ ਦੇ ਉੱਤੇ ਇਹ ਜੀਵ ਨੱਚਦਾ ਫਿਰਦਾ, ਭਟਕਦਾ ਫਿਰਦਾ। ਫਿਰ ਕਦੇ ਐਸਾ ਸਮਾਂ ਵੀ ਆ ਜਾਂਦਾ ਹੈ ਇੰਨੇ ਗੇੜੇ ਖਾਣ ਤੋਂ ਬਾਅਦ ਅਚਾਨਕ, ਕਬਹੂ ਸਾਧ ਸੰਗਤ ਹੋ ਪਾਵੈ, ਇੰਨੇ ਗੇੜੇ ਖਾ ਕੇ ਕਦੇ ਨਾ ਕਦੇ ਫਿਰ ਸਾਧ ਸੰਗਤ ਮਿਲ ਜਾਂਦੀ ਹੈ, ਅਚਾਨਕ ਸੰਗਤ ਵਿੱਚ ਬਹਿਣ ਦਾ ਮੌਕਾ ਮਿਲ ਗਿਆ, ਮਨ ਨੂੰ ਠੰਡ ਪੈ ਗਈ, ਮਨ ਦੀ ਭਟਕਣਾ ਮੁੱਕ ਗਈ। ਉਸ ਸਥਾਨ ਤੇ ਬਹੁਰ ਨਾ ਆਵੈ, ਉਸ ਸਥਾਨ ਤੋਂ ਵਾਪਸ ਨਹੀਂ ਆਉਂਦਾ ਫਿਰ। ਮਸਾਂ ਤਾਂ ਸੰਗਤ ਮਿਲੀ ਹੈ ਮੈਨੂੰ, ਮਸਾਂ ਤਾਂ ਮੇਰੇ ਮਨ ਨੂੰ ਸ਼ਾਂਤੀ ਆਈ ਹੈ, ਬੜਾ ਭਟਕਦਾ ਭਟਕਦਾ ਸੰਗਤ ਵਿੱਚ ਆ ਕੇ ਟੇਕ ਕੇ ਬੈਠ ਗਿਆ। ਹੁਣ ਸੋਚਦਾ ਕਿ ਆਪਣੇ ਜੀਵਨ ਨੂੰ ਸਫਲਾ ਕਰ ਲਵਾਂ। ਜਦੋਂ ਮਨ ਦੇ ਅੰਦਰ ਐਸਾ ਵਿਚਾਰ ਆਉਂਦਾ ਹੈ ਫਿਰ ਸਾਧ ਸੰਗਤ ਵਿੱਚੋਂ ਬਾਹਰ ਨਹੀਂ ਜਾਂਦਾ। ਹੁਣ ਹਰ ਵਕਤ ਚਾਹੁੰਦਾ ਕਿ ਮੈਨੂੰ ਸੰਗਤ ਦੀ ਪ੍ਰਾਪਤੀ ਹੁੰਦੀ ਰਹੇ। ਅੰਤਰ ਹੋਏ ਗਿਆਨ ਪ੍ਰਗਾਸ, ਸੰਗਤ ਵਿੱਚ ਮਿਲ ਕੇ ਹੌਲੀ 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 ਮੈਲ ਉਤਰਦਿਆਂ ਉਤਰਦਿਆਂ ਪ੍ਰਕਾਸ਼ ਹੋ ਜਾਂਦਾ। ਥੋੜ੍ਹਾ ਥੋੜ੍ਹਾ ਇੱਛਾ ਵੀ ਕਰੇ ਪ੍ਰਕਾਸ਼ ਹੋਣ ਦੀ ਅਤੇ ਮਿਹਨਤ ਵੀ ਕਰੇ। ਇਹ ਜੀਵ ਦੇ ਥੋੜ੍ਹਾ ਜਿਹਾ ਮਨ ਵਿੱਚ ਆਉਣੀ ਚਾਹੀਦੀ ਹੈ ਕਿ ਮੈਨੂੰ ਪ੍ਰਕਾਸ਼ ਹੋਵੇ। ਜੇ ਹਿਰਦੇ 'ਚ ਪ੍ਰਕਾਸ਼ ਦੀ ਇੱਛਾ ਕਰੇ ਤਾਂ ਪ੍ਰਕਾਸ਼ ਹੁੰਦਾ, ਨਹੀਂ ਤਾਂ ਫਿਰ ਥੋੜ੍ਹੇ ਥੋੜ੍ਹੀਆਂ ਚੀਜ਼ਾਂ ਪ੍ਰਾਪਤ ਹੋ ਜਾਂਦੀਆਂ ਸੰਸਾਰ ਦੀਆਂ। ਉਸ ਸਥਾਨ ਕਾ ਨਹੀਂ ਬਿਨਾਸ਼, ਸਾਧ ਸੰਗਤ ਰੂਪ ਸਥਾਨ ਦਾ ਕਦੇ ਵਿਨਾਸ਼ ਨਹੀਂ ਹੁੰਦਾ। ਸੰਗਤ ਦਾ ਸਥਾਨ ਤਾਂ ਜਗਮਗ ਜਗਮਗ ਕਰਦਾ ਹੀ ਰਹਿੰਦਾ, ਕਿੰਨੇ ਲੋਕ ਆਏ ਕਿੰਨੇ ਗਏ, ਇਹ ਸਥਾਨ ਉੱਥੇ ਹੀ ਹੈ। ਸੰਗਤ ਦਾ ਸਥਾਨ ਕਦੇ ਨਾਸ਼ ਨਹੀਂ ਹੁੰਦਾ। ਮਨ ਤਨ ਨਾਮ ਰੱਤੇ ਇੱਕ ਰੰਗ, ਇੱਕ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਮਨ ਤਨ ਕਰਕੇ ਨਾਮ ਦੇ ਵਿੱਚ ਰੰਗੇ ਗਏ ਨੇ, ਉਹਨਾਂ ਦਾ ਮਨ ਨਾਮ ਅੰਦਰ ਰੰਗਿਆ ਗਿਆ।
ਸੰਗਤ ਵਿੱਚ ਬਹਿਣ ਕਰਕੇ ਸਦਾ ਬਸ ਹੈ ਪਾਰ ਬ੍ਰਹਮ ਕੈ ਸੰਗ। ਉਹ ਹਮੇਸ਼ਾ ਹੀ ਪਾਰ ਬ੍ਰਹਮ ਪਰਮੇਸ਼ੁਰ ਦੇ ਨਾਲ ਵਸਦੇ ਨੇ, ਵਾਹਿਗੁਰੂ ਨੂੰ ਆਪਣੇ ਅੰਗ ਸੰਗ ਜਾਣ ਲੈਂਦੇ ਨੇ। ਜਿਉਂ ਜਲ ਮੈਂ ਜਲ ਆਏ ਖਟਾਨਾ, ਜਿਵੇਂ ਪਾਣੀ ਵਿੱਚ ਆ ਕੇ ਪਾਣੀ ਮਿਲ ਜਾਂਦਾ ਹੈ, ਖਟਾਨਾ ਤੋਂ ਭਾਵ ਮਿਲਦਾ ਹੈ, ਤਿਉਂ ਜੋਤੀ ਸੰਗ ਜੋਤ ਸਮਾਨਾ। ਇਉਂ ਜੋਤੀ ਰੂਪ ਵਾਹਿਗੁਰੂ ਦੇ ਵਿੱਚ ਇਸ ਜੀਵ ਦੀ ਜੋਤ ਸਮਾ ਜਾਂਦੀ। ਸੰਗਤ ਵਿੱਚ ਬਹਿਣ ਕਰਕੇ ਇਹਦੀ ਜਿਹੜੀ ਜੋਤ ਹੈ ਉਹ ਵਾਹਿਗੁਰੂ ਵਿੱਚ ਸਮਾ ਜਾਂਦੀ ਹੈ। ਜਦੋਂ ਜੋਤ ਵਾਹਿਗੁਰੂ ਦੇ ਸਮਾ ਗਈ, ਮਿਟ ਗਏ ਗਵਨ ਪਾਹੇ ਬੇਸ਼ਰਾਮ। ਗਵਨ ਹੁੰਦਾ ਆਉਣਾ ਜਾਣਾ, ਬਾਰ ਬਾਰ ਜੰਮਣਾ ਮਰਨਾ। ਮਿਟ ਗਏ ਗਵਨ ਪਾਏ ਬਿਸਰਾਮ, ਟਿਕਾਓ ਪ੍ਰਾਪਤ ਕਰ ਲੈਂਦਾ ਹੈ। ਹੁਣ ਜਿਹੜਾ ਇਹਦਾ ਜੰਮਣਾ ਮਰਨਾ ਉਹ ਖਤਮ ਹੋ ਗਿਆ ਬਸ। ਪਰ ਕੁਰਬਾਨ ਜਾਈਏ ਕੀ ਤੋਂ, ਨਾਨਕ ਪ੍ਰਭ ਕੈ ਸਦ ਕੁਰਬਾਨ। ਪਰ ਮਹਾਰਾਜ ਕਹਿੰਦੇ ਨੇ ਵਾਹਿਗੁਰੂ ਤੋਂ ਕੁਰਬਾਨ ਜਾਈਏ ਕਿ ਅਕਾਲ ਪੁਰਖ ਵਾਹਿਗੁਰੂ ਨੇ ਇੰਨੀ ਵੱਡੀ ਜੀਵ ਦੇ ਉੱਤੇ ਬਖਸ਼ਿਸ਼ ਕਰ ਦਿੱਤੀ ਹੈ। 11 ਸਲੋਕ ਸਮਾਪਤ ਕਰਕੇ 12 ਦੇ ਅੱਗੇ ਕਿਰਪਾ ਕਰ ਰਹੇ ਨੇ। ਸਲੋਕ ਸੁਖੀ ਬਸੈ ਮਸਕੀਨੀਆ, ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆਂ ਨਾਨਕ। ਵੈਸਾ ਸਲੋਕ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਆਪ ਨਿਵਾਰ ਤਲੇ, ਸਾਰਿਆਂ ਦੇ ਤਲੇ ਭਾਵ ਚਰਨਾਂ ਦੇ ਥੱਲੇ। ਨਿਮਰਤਾ ਵਿੱਚ ਇੰਨਾ ਆ ਜਾਂਦਾ ਕਿ ਚਰਨਾਂ ਦੀ ਧੂੜ ਬਣ ਜਾਂਦਾ, ਆਪਣਾ ਆਪ ਨਿਵਿਰਤ ਕਰ ਦਿੰਦਾ। ਜਿਹੜਾ ਇਨਸਾਨ ਸੁਖੀ ਬਸੈ ਮਸਕੀਨੀਆਂ, ਬਹੁਤ ਨਿਮਰਤਾ ਵਾਲਾ ਪੁਰਸ਼, ਆਪਣਾ ਆਪ ਖਤਮ ਕਰਕੇ ਚਰਨਾਂ ਦੀ ਧੂੜ ਬਣ ਕੇ, ਉਹੀ ਇਨਸਾਨ ਸੁਖੀ ਬਸਦਾ ਸੰਸਾਰ ਅੰਦਰ। ਜਿਹੜਾ ਨੀਵਾਂ ਹੋ ਜਾਂਦਾ, ਵੱਡੇ ਵੱਡੇ ਅਹੰਕਾਰੀਆਂ, ਜਿਹੜੇ ਸੰਸਾਰ ਦੇ ਅੰਦਰ ਬੜੇ ਬੜੇ ਲੋਕ ਹੋਏ ਨੇ, ਹੰਕਾਰ ਕਰਦੇ ਨੇ, ਪੈਸੇ ਦਾ ਹੰਕਾਰ, ਪੜ੍ਹਾਈ ਦਾ ਹੰਕਾਰ, ਜਾਤੀ ਦਾ ਹੰਕਾਰ, ਕਈ ਪ੍ਰਕਾਰ ਦੇ ਜਿਹੜੇ ਹੰਕਾਰ ਨੇ, ਪੈਸੇ ਕਰਕੇ ਕਈ ਪ੍ਰਕਾਰ ਦੇ ਹੰਕਾਰ ਹੋ ਜਾਂਦੇ ਨੇ, ਅਹੁਦਿਆਂ ਕਰਕੇ ਹੰਕਾਰ ਹੋ ਜਾਂਦੇ ਨੇ। ਨਾਨਕ ਗਰਭ ਗਲੇ, ਗਰਭ ਬੱਬੇ ਨਾਲ ਹੈ। ਇਸ ਪਾਠ ਦਾ ਲਗਭਗ ਬੜਾ ਭੁਲੇਖਾ ਪੈਂਦਾ, ਸੰਗਤ ਚੋਂ ਬਹੁਤੀ ਆਵਾਜ਼ ਇਹੀ ਹੈ, ਨਾਨਕ ਗਰਭ ਗਲੇ ਬੱਬੇ ਨਾਲ। ਸੋ ਇਸ ਕਰਕੇ ਜਦੋਂ ਪਾਠ ਕਰਨਾ, ਦੇਖਣਾ ਬੱਬਾ ਹੈ ਜਾਂ ਭੱਬਾ ਹੈ। ਇੱਥੇ ਗਰਭ ਹੈ, ਗਰਭ ਬੱਬੇ ਨਾਲ ਹੈ। ਗਰਭ ਦਾ ਮਤਲਬ ਹੈ ਹੰਕਾਰ। ਉਹ ਲੋਕ ਹੰਕਾਰ ਵਿੱਚ ਹੀ ਗਲ ਗਏ ਨੇ ਜਿਨ੍ਹਾਂ ਨੇ ਹੰਕਾਰ ਕੀਤਾ ਹੈ। ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ, ਗਲ ਗਏ ਹਨ, ਬਿਲਕੁਲ ਖਤਮ ਹੋ ਗਏ ਨੇ। ਇੱਕ ਭੱਬੇ ਨਾਲ ਆਉਂਦਾ ਹੈ ਕਿਤੇ ਨਾ ਕਿਤੇ ਗੁਰਬਾਣੀ ਦੇ ਵਿੱਚ, ਗਰਭ ਗਲੇ ਉਹ ਭੱਬੇ ਨਾਲ ਹੈ, ਮਾਤਾ ਦੇ ਉਦਰ ਵਿੱਚ ਗਲ ਗਏ।
ਇਹਨਾਂ ਪਾਠਾਂ ਦਾ ਖਿਆਲ ਰੱਖਣਾ, ਕਿਉਂਕਿ ਇੱਕ ਪਾਸੇ ਤਾਂ ਸਾਰੀ ਜ਼ਿੰਦਗੀ ਇੱਕ ਬੰਦੇ ਨੂੰ ਇਸੇ ਕੰਮ 'ਚ ਲੰਘ ਜਾਂਦੀ ਹੈ, ਇੱਕ ਸੰਸਾਰ ਦੇ ਨਵੇਂ ਜੀਵ ਉੱਠਦੇ ਨੇ, ਫਿਰ ਉਹਨਾਂ ਦੇ ਮਨ 'ਚ ਆਉਂਦਾ ਵੀ ਇਹ ਬੱਬਾ ਅਤੇ ਭੱਬੇ ਦਾ ਕੀ ਫਰਕ ਹੋਇਆ। ਗਰਭ ਹੰਕਾਰ ਨੂੰ ਕਹਿੰਦੇ ਨੇ, ਗਰਭ ਮਾਤਾ ਦੇ ਉਦਰ ਨੂੰ ਕਹਿੰਦੇ ਨੇ। ਇਹਨਾਂ ਦੋਨਾਂ ਪਾਠਾਂ ਦਾ ਹਮੇਸ਼ਾ ਧਿਆਨ ਰੱਖ ਕੇ ਚੱਲਣਾ ਹੈ। ਮਹਾਰਾਜ ਕਹਿੰਦੇ ਭਾਈ ਹੰਕਾਰੀ ਬੰਦੇ ਗਲ ਜਾਂਦੇ ਨੇ, ਪਰ ਕਿਰਪਾ ਕਰਕੇ ਜਿਹਦੇ ਹਿਰਦੇ 'ਚ ਗਰੀਬੀ ਦੇ ਦਿੰਦੇ ਨੇ ਉਹ ਮੁਕਤ ਹੋ ਜਾਂਦਾ, ਸੁਖੀ ਰਹਿੰਦਾ। ਅਸ਼ਟਪਦੀ ਅੱਠ ਪੌੜੀਆਂ ਹਨ ਕੁੱਲ ਬੰਦੇ ਨੂੰ ਸਮਝਾਉਣ ਲਈ ਲਿਖੀਆਂ ਹੋਈਆਂ, ਦਸ ਦਸ ਪੰਗਤੀਆਂ ਨੇ। ਮਹਾਰਾਜ ਨੇ 80 ਪੰਗਤੀਆਂ ਬੰਦੇ ਨੂੰ ਹੰਕਾਰ ਦੀ ਨਿਵਿਰਤੀ ਲਈ ਹੀ ਦੇ ਦਿੱਤੀਆਂ ਨੇ, 2 ਪੰਗਤੀਆਂ ਸਲੋਕ ਦੀਆਂ ਨੇ। ਜਿਸ ਕਾ ਅੰਤਰ ਰਾਜ ਅਭਿਮਾਨ, ਜਿਹਦੇ ਹਿਰਦੇ ਦੇ ਅੰਦਰ ਰਾਜ ਦਾ ਹੰਕਾਰ ਹੈ, ਮੈਂ ਰਾਜਾ ਹਾਂ, ਮੇਰਾ ਰਾਜ ਹੈ। ਕਿੰਨਾ ਚਿਰ ਹੈ? ਥੋੜ੍ਹਾ ਚਿਰ ਹੀ ਹੈ। ਮਹਾਰਾਜ ਕਹਿੰਦੇ ਉਹ ਰਾਜ ਦਾ ਹੰਕਾਰੀ ਇਨਸਾਨ ਸੋ ਨਰਕ ਪਾਤੀ, ਨਰਕਾਂ ਦੇ ਵਿੱਚ ਪਾਤੀ ਪਾਇਆ ਜਾਂਦਾ ਹੈ, ਡਿੱਗ ਪੈਂਦਾ ਹੈ। ਪਹਿਲਾਂ ਤਾਂ ਉਹ ਨਰਕਾਂ ਵਿੱਚ ਪੈਂਦਾ ਹੈ, ਹੋਵਤ ਸਵਾਨ, ਫਿਰ ਉਹ ਸਵਾਨ ਦਾ ਭਾਵ ਹੈ ਕੂਕਰ ਬਣਦਾ ਹੈ, ਪਰਮਾਤਮਾ ਨੂੰ ਭੌਂਕਣ ਵਾਲਾ ਕੂਕਰ ਦਾ ਜਨਮ ਦੇ ਦਿੰਦਾ। ਜਦੋਂ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਜੀ ਗਏ, ਮਹਾਰਾਜ ਨੇ ਜਫਰਨਾਮਾ ਭੇਜਿਆ ਔਰੰਗਾਬਾਦ। ਪਹੁੰਚੇ ਜਾ ਕੇ ਪਹਿਲਾਂ ਤਾਂ ਇਹਨਾਂ ਨੂੰ ਅੰਦਰ ਹੀ ਨਾ ਜਾਣ ਦੇਣ। ਸੋ ਫਿਰ ਇਤਿਹਾਸ ਵਿੱਚ ਆਉਂਦਾ ਬਈ ਔਰੰਗਾ ਤੋਤਾ ਬਣ ਕੇ ਮੱਕੇ ਜਾਂਦਾ ਹੁੰਦਾ ਸੀ। ਮਹਾਰਾਜ ਨੇ ਰਾਹ 'ਚ ਘੇਰ ਲਿਆ, ਫਿਰ ਵੀ ਸਾਡੇ ਗੁਰਸਿੱਖ ਆ ਕੇ 6 ਮਹੀਨੇ ਤੋਂ ਬੈਠੇ, ਤੂੰ ਉਹਨਾਂ ਦੀ ਗੱਲ ਸੁਣ। ਸੋ ਉਸ ਵਕਤ ਫਿਰ ਔਰੰਗੇ ਨੇ ਬੁਲਾਇਆ ਭਈ ਬੁਲਾ ਕੇ ਲਿਆਓ। ਜਦੋਂ ਜਾ ਕੇ ਜਫਰਨਾਮਾ ਪਕੜਾਇਆ, ਭਾਈ ਦਇਆ ਸਿੰਘ ਭਾਈ ਧਰਮ ਸਿੰਘ ਜੀ ਨੇ ਨਾਲ ਇੱਕ ਇਹਨਾਂ ਦੇ ਕੂਕਰ ਸੀ ਬਹੁਤ ਸਿਆਣਾ, ਉਹ ਹਰ ਟਾਈਮ ਨਾਲ ਹੀ ਰਹਿੰਦਾ। ਔਰੰਗਾ ਬੜਾ ਗੁੱਸੇ ਹੋਇਆ, ਇਹਨੂੰ ਕਿਉਂ ਸਭਾ 'ਚ ਲਿਆਂਦਾ ਨਾਲ, ਕੂਕਰ ਦਾ ਇੱਥੇ ਕੀ ਕੰਮ ਹੈ? ਤਾਂ ਕੁੱਤਾ ਅੱਗਿਓਂ ਬੋਲਦਾ, ਕਹਿੰਦਾ ਬੋਲਦਾ ਬੋਲਦਾ ਫਿਰ ਮਰ ਕੇ ਸਾਡੀ ਜੂਨ 'ਚ ਹੀ ਪੈਣਾ ਤੂੰ। ਭਾਵ ਕੂਕਰ ਨੇ ਆਵਾਜ਼ ਕੱਢੀ ਹੈ, ਕੁੱਤੇ ਨੇ ਕਿਹਾ ਔਰੰਗੇ ਨੂੰ ਕਿ ਮਰ ਕੇ ਤਾਂ ਤੂੰ ਕੁੱਤਾ ਹੀ ਬਣਨਾ ਹੈ, ਚਿੰਤਾ ਨਾ ਕਰ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ ਔਰੰਗੇ ਵਰਗਾ, ਜਿਸ ਕਾ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ, ਫਿਰ ਬਾਅਦ ਵਿੱਚ ਕੂਕਰ ਦੀ ਜੂਨੀ 'ਚ ਪੈਂਦਾ। ਇਹ ਗੱਲਾਂ ਦੇਖਣ ਨੂੰ ਸੁਣਨ ਨੂੰ ਬੜੀਆਂ ਹੋਰ ਤਰ੍ਹਾਂ ਲੱਗਦੀਆਂ ਨੇ, ਕਿਉਂਕਿ ਆਪਾਂ ਸੰਸਾਰੀ ਜੀਵ ਹਾਂ, ਆਪਣਾ ਤਾਂ ਬਸ ਇੱਥੇ ਤੱਕ ਹੀ ਹੈ, ਜਿੰਨੀਆਂ ਅੱਖਾਂ ਦੇਖਦੀਆਂ ਨੇ ਇੰਨਾ ਕੀ ਹੁੰਦਾ। ਕਿਸੇ ਮਹਾਤਮਾ ਨਾਲ ਤੜਕੇ 4 ਵਜੇ ਸੈਰ 'ਤੇ ਜਾ ਰਹੇ, ਉਹ ਸਵੇਰੇ 4 ਵਜੇ ਸੈਰ ਕਰਦੇ, ਤੁਰੇ ਗਏ ਤੁਰੇ ਗਏ, ਸੜਕ ਦੇ ਉੱਤੇ ਕਾਲਾ ਨਾਗ ਬੈਠਾ ਵੱਡਾ ਸਾਰਾ, ਦੂਰੋਂ ਦੇਖ ਕੇ ਪਿੱਛੇ ਮੁੜੇ ਆਏ। ਪਿੱਛੇ ਆ ਕੇ ਜਦੋਂ ਆਪਣੇ ਨਿੱਜ ਸਥਾਨ 'ਤੇ ਆ ਗਏ,
ਕਹਿੰਦੇ ਉਦੋਂ ਤਾਂ ਬੜਾ ਨੇਤਾ ਬਣਿਆ ਹੋਇਆ ਸੀ, ਲੀਡਰ ਬਣਿਆ ਫਿਰਦਾ ਸੀ, ਹੁਣ ਕਹਿੰਦਾ ਮੇਰਾ ਭਲਾ ਕਰੋ, ਕਹਿੰਦੇ ਮਰ ਕੇ ਸੱਪ ਬਣ ਗਿਆ ਹੁਣ। ਮੈਂ ਕਿਹਾ ਜੀ ਕੌਣ ਹੈ ਇਹ? ਕਹਿੰਦੇ ਚਲੋ ਕੀ ਲੈਣਾ ਆਪਾਂ ਨੇ, ਐਵੇਂ ਗੱਲ ਫੈਲ ਜਾਂਦੀ ਫਿਰ। ਕਹਿੰਦੇ ਪਰ ਹੈ ਬੜਾ ਵੱਡਾ ਨੇਤਾ ਜੀ ਹੈ ਇਹ, ਤੇ ਇਸ ਕਰਕੇ ਮਹਾਰਾਜ ਵੀ ਨੇ ਉਹੀ ਬਚਨ ਇੱਥੇ ਲਿਖਿਆ ਕਿ ਜਿਹੜਾ ਆਪਣੇ ਆਪ ਨੂੰ ਸਮਝਦਾ ਕਿ ਮੇਰਾ ਬੜਾ ਵੱਡਾ ਰਾਜ ਹੈ, ਮਹਾਰਾਜ ਕਹਿੰਦੇ ਉਹ ਮਰ ਕੇ ਨਰਕਾਂ ਨੂੰ ਜਾਂਦਾ, ਕੂਕਰ ਦੀ ਜੁਨੀ ਚ ਪੈਂਦਾ, ਹੁੰਦਾ ਸਾਰਿਆਂ ਨਾਲ ਐਂ ਹੈ, ਤਪੋਂ ਰਾਜ ਤੇ ਰਾਜੋ ਨਰਕ ਹੀ ਮਿਲਦਾ ਹੈ। ਜੋ ਜਾਣਦਾ ਮੈਂ ਜੋਬਨ ਵੰਤ, ਜਿਹੜਾ ਕਹਿੰਦਾ ਮੈਂ ਬੜਾ ਜੋਬਨ ਵਾਲਾ, ਜਵਾਨੀ ਵਾਲਾ, ਮੇਰਾ ਰੰਗ ਚੋ ਚੋ ਪੈਂਦਾ, ਬੜਾ ਲਾਲ ਚਿਹਰਾ ਮੇਰਾ, ਕਿਸੇ ਨੂੰ ਜਾਣਦਾ ਨਹੀਂ, ਮੋਢਿਆਂ ਤੋਂ ਥੁੱਕਦਾ ਫਿਰਦਾ, ਆਪਣੇ ਆਪ ਨੂੰ ਬੜਾ ਸੋਹਣਾ ਜਾਣਦਾ ਹੈ, ਮਹਾਰਾਜ ਕਹਿੰਦੇ ਇੰਨਾ ਹੰਕਾਰ, ਚੰਗਾ ਤੈਨੂੰ ਬਣਾਉਣਾ ਗੰਦਗੀ ਦਾ ਕੀੜਾ।